छोटे वेचन वाले वेचन लग गए चिट्टा। आखिरकार पंजाब पुलिस ने एक वड्डे गैंग दा पर्दाफाश किया है। पंजाब च चोण जाबता लागू है। इस दे बावजूद करीब 47 किलो चिट्टा ते हथियार बार्डर तो बरामद किए गए से। पुलिस हरकत विच आई ते पड़ताल की ते 4 नौजवानों नु गिरफ्तार किया गया। वह नौजवान जिन्हों का अतीत क्राइम नाल नहीं सी जुड़िया पर वह डंगर वेचते वेचते कदों चिट्टा वेचन लग पाए इन्हों पता ही नहीं लग्या। आखिरकार पुलिस इन्हों गिरफ्तार कर लिया है। तुम आप ही सुन लवो। पूरी जानकारी दे रहे हैं SSP नानक सिंह, दैनिक मेल पंजाबी TV ਲਈ ਗੁਰਦਾਸਪੁਰ ਰੋਹਿਤ ਗੁਪਤਾ ਦੀ ਰਿਪੋਰਟ। ਇੱਕ ਇਨਸੀਡੈਂਟ ਹੋਇਆ ਸੀ 28 ਜਨਵਰੀ 2022 ਨੂੰ ਸਵੇਰੇ 5:15 ਵਜੇ ਜਦੋਂ ਕੋਸ਼ਿਸ਼ ਕੀਤੀ ਜਾ ਰਹੀ ਸੀ। ਐਸਐਫ ਦੀ ਅਲਰਟਨੈਸ ਕਰਕੇ ਉਹ ਫਾਇਲ ਕਰ ਦਿੱਤੀ ਗਈ ਸੀ। ਇਹਨਾਂ ਵਿੱਚ ਹੈੱਡ ਕਨਸਟੇਬਲ ਗਿਆਨ ਚੰਦ ਇਹਨਾਂ ਦਾ ਜਿਹੜਾ ਇੰਜਰਡ ਹੋ ਗਿਆ ਸੀ, ਜਿਹਦੇ ਬਿਆਨਾਂ 'ਤੇ ਅਸੀਂ 307 ਦਾ ਪਰਚਾ ਦਰਜ ਕੀਤਾ ਆਰਮਸ ਐਕਟ ਦੇ ਨਾਲ। ਉਹਦੇ ਵਿੱਚ 4 ਬੰਦੇ ਅਸੀਂ ਅਰੈਸਟ ਕੀਤੇ ਨੇ, ਜਿਹੜੇ 2 ਕਲਾਨੌਰ ਦੇ ਨੇ, ਇੱਕ ਡੇਰਾ ਬਾਬਾ ਨਾਨਕ ਦਾ ਅਤੇ ਇੱਕ ਅੰਮ੍ਰਿਤਸਰ ਦਾ। ਇਹਨਾਂ ਦੇ ਨਾਮ ਲੱਕੀ ਤੇਜਾ ਅਤੇ ਹਰਨੇਕ ਸਿੰਘ ਜਿਹੜੇ ਨੇ, ਇਹ ਕਲਾਨੌਰ ਦੇ। ਇੱਕ ਦੀਪਾ ਜਿਹੜਾ ਡੇਰਾ ਬਾਬਾ ਨਾਨਕ ਦਾ ਅਤੇ ਰਾਜਵੰਤ ਸਿੰਘ ਜਿਹੜਾ ਅੰਮ੍ਰਿਤਸਰ ਦਾ। ਇਹਨਾਂ 4 ਨੂੰ ਅਰੈਸਟ ਕਰ ਲਿਆ ਗਿਆ। ਜਿਹੜੀ ਇਹਨਾਂ ਦੀ ਹਜੇ ਤੱਕ ਇਨਵੈਸਟੀਗੇਸ਼ਨ ਪੁੱਛਤਿੱਛ ਕੀਤੀ ਹੈ, ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ 4th ਅਟੈਂਪਟ ਸੀ ਇਹਨਾਂ ਦਾ। ਉਸ ਤੋਂ ਪਹਿਲਾਂ 3 ਵਾਰੀ ਇਹ ਕੰਸਾਈਨਮੈਂਟਸ ਅਲੱਗ ਅਲੱਗ ਵੈਲਿਊ ਦੀ ਅਲੱਗ ਅਲੱਗ ਵੇਟ ਦੀ ਘਟਾ ਚੁੱਕੇ ਨੇ, ਜਿਹਦੇ ਵਿੱਚ ਕਿ ਟੋਟਲ ਵੇਟ ਅਰਾਊਂਡ 50 ਕਿਲੋ ਇਹਨਾਂ ਨੇ ਹੈਰੋਇਨ ਸਮਗਲ ਕੀਤੀ ਹੈ ਪਾਕਿਸਤਾਨ ਸਾਈਡ ਤੋਂ। ਰਫਲੀ ਸੇਮ ਲੋਕੇਸ਼ਨ ਤੋਂ ਕੀਤੀ ਹੈ। ਪਿਛਲੇ 2 ਸਾਲ ਤੋਂ ਇਹ ਐਕਟਿਵ ਸੀਗੇ। ਪਹਿਲਾਂ ਇਹਨਾਂ 'ਤੇ ਕੋਈ ਪਰਚਾ ਨਹੀਂ ਦਰਜ ਹੈ। ਰਿਕਾਰਡ ਇਹਨਾਂ ਦਾ ਕ੍ਰਿਮੀਨਲ ਕਲੀਨ ਹੈ। ਇਹਨਾਂ ਦੀ ਪ੍ਰੋਪਰਟੀਜ਼ ਵੀ ਅਸੀਂ ਚੈੱਕ ਕਰ ਰਹੇ ਹਾਂ, ਜਿਹੜੀਆਂ ਇਲੀਗਲ ਇਹਨਾਂ ਨੇ ਬਣਾਈਆਂ, ਜਿਹੜੇ ਪੈਸੇ ਆਏ ਸੀ ਉਹ ਕਿੱਥੇ ਯੂਜ਼ ਕੀਤੇ ਹੈ, ਕੀ ਕੁਛ ਇਹਨਾਂ ਨੇ ਆਪਣੀ ਪ੍ਰੋਪਰਟੀਜ਼ ਇਮੂਵੇਬਲ ਬਣਾਈਆਂ ਜਾਂ ਮੂਵੇਬਲ ਬਣਾਈਆਂ, ਉਹਨਾਂ 'ਤੇ ਵੀ ਕੰਮ ਚੱਲ ਰਿਹਾ ਅਤੇ ਜਲਦੀ ਇਹਦੇ ਵਿੱਚ ਹੋਰ ਖੁਲਾਸੇ ਕੀਤੇ ਜਾਣਗੇ। ਜਦੋਂ ਪਹਿਲੀ ਵਾਰੀ ਇਹਨਾਂ ਨੂੰ ਸਕਸੈਸ ਮਿਲ ਗਿਆ ਉਸ ਲੋਕੇਸ਼ਨ 'ਤੇ, ਤਾਂ ਇਹਨਾਂ ਨੂੰ ਲੱਗਿਆ ਕਿ ਇਹ ਲੋਕੇਸ਼ਨ ਸੇਫ ਹੈ, ਇਹਨੂੰ ਅਸੀਂ ਵਾਰ ਵਾਰ ਯੂਜ਼ ਕਰ ਸਕਦੇ ਹਾਂ। ਸੋ ਅਗਲੀ 2 ਵਾਰ ਵੀ ਇਹਨਾਂ ਨੇ ਉਹੀ ਯੂਜ਼ ਕੀਤੀ। ਇਸ ਵਾਰੀ ਵੀ ਇਹਨਾਂ ਦਾ ਇਹੀ ਪਲਾਨ ਸੀਗਾ ਕਿ ਅਸੀਂ ਅਰਲੀ ਮਾਰਨਿੰਗ ਸਮਗਲ ਕਰ ਲਾਂਗੇ, ਜਿਵੇਂ ਪਿਛਲੀ ਵਾਰੀ ਅਸੀਂ ਕੀਤਾ, ਪਿਛਲੀ 3 ਵਾਰੀ। ਬਟ ਇਸ ਵਾਰ BSF ਦੀ ਅਲਰਟਨੈਸ ਕਰਕੇ ਇਹ ਨਹੀਂ ਸਕਸੈਸਫੁਲ ਹੋਏ। ਉੱਥੇ ਫਾਇਰਿੰਗ ਹੋ ਗਈ ਅਤੇ ਪਾਕਿਸਤਾਨ ਵਾਲੇ ਜਿਹੜੇ ਸਮਗਲਰ ਸੀਗੇ ਉਹ ਪਾਕਿਸਤਾਨ ਸਾਈਡ 'ਤੇ ਭੱਜ ਗਏ, ਅਤੇ ਇਹ ਫੌਗ ਦਾ ਧੁੰਦ ਦਾ ਸਹਾਰਾ ਲੈ ਕੇ ਇਹ ਇੰਡੀਅਨ ਸਾਈਡ 'ਤੇ ਭੱਜ ਗਏ। ਪਹਿਲਾਂ 3 ਕੰਸਾਈਨਮੈਂਟਸ ਆ ਚੁੱਕੀਆਂ ਜਿਹੜੀਆਂ ਪਿਛਲੇ 2 ਸਾਲਾਂ 'ਚ। ਪਹਿਲਾਂ 1 ਕੰਸਾਈਨਮੈਂਟ 'ਚ ਹਥਿਆਰ ਆਇਆ, ਅਸੀਂ ਉਹ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਨਹੀਂ, ਉਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ। ਉਹ ਜਦੋਂ ਡਿਟੇਲ ਪੁੱਛਗਿੱਛ ਕਰਾਂਗੇ ਕਿ ਇਹਨਾਂ ਨੇ ਜਿਹੜਾ 50 ਕਿਲੋ ਆਇਆ ਸੀ ਉਹ ਕਿਹਨੂੰ ਸਮਾਨ ਅੱਗੇ ਸਪਲਾਈ ਕੀਤਾ, ਉਹ ਅਸੀਂ ਫਾਰਵਰਡ ਲਿੰਕੇਜ ਐਸਟੈਬਲਿਸ਼ ਕਰ ਰਹੇ ਹਾਂ ਅਤੇ ਉਹ ਵੀ ਜਲਦੀ ਬੰਦੇ ਫੜੇ ਜਾਣਗੇ। ਪਾਕਿਸਤਾਨ ਨਾਲ ਇਹ ਫੋਨ 'ਤੇ ਕੰਟੈਕਟ 'ਚ ਸੀਗੇ, ਜਿਵੇਂ VOIP ਕਾਲਸ ਨੇ, ਅਲੱਗ ਅਲੱਗ ਸੋਫਟਵੇਅਰ ਨੇ, ਉਹਦੇ ਥਰੂ ਗੱਲ ਕਰਦੇ ਸੀ। ਰਿਮਾਂਡ 'ਤੇ 4 ਫਰਵਰੀ ਤੱਕ। ਜਦੋਂ ਉੱਥੇ ਅਸੀਂ ਗਏ ਸੀ ਉਦੋਂ ਸਾਨੂੰ ਕਾਫੀ ਕਲੂਜ਼ ਉੱਥੇ ਮਿਲੇ ਸੀ ਮੌਕੇ 'ਤੇ। ਮੈਂ ਵੀ ਗਿਆ ਸੀ, SPD ਸਾਹਿਬ ਵੀ ਸੀ, DSP ਕਲਾਨੌਰ ਵੀ ਸੀਗੇ। ਸੋ ਉੱਥੇ ਜਾ ਕੇ ਜਦੋਂ ਸਰਚ ਕੀਤੀ ਉੱਥੋਂ ਕਲੂਜ਼ ਮਿਲੇ ਕੁਛ, ਫਿਰ ਪਿੰਡਾਂ ਵਿੱਚ ਅਸੀਂ ਜਾ ਕੇ ਲੋਕਾਂ ਨਾਲ ਗੱਲ ਕੀਤੀ, ਆਪਣੇ ਇਨਫੋਰਮਰਸ ਨੂੰ ਐਕਟੀਵੇਟ ਕੀਤਾ, ਉਹਨਾਂ ਨੇ ਇਹਨਾਂ ਬਾਰੇ ਇਨਫੋਰਮੇਸ਼ਨ ਦਿੱਤੀ, ਫਿਰ ਉਸ ਇਨਫੋਰਮੇਸ਼ਨ 'ਤੇ ਐਕਟ ਕਰਦੇ ਹੋਏ ਅਸੀਂ ਬੰਦਿਆਂ ਨੂੰ ਅਰੈਸਟ ਕੀਤਾ। ਇਹ ਬੇਸਿਕਲੀ ਡੰਗਰਾਂ ਦਾ ਕੰਮ ਕਰਦੇ ਹੈ, ਆਪਣੇ ਇੱਕ ਪਿੰਡ ਤੋਂ ਖਰੀਦ ਕੇ ਦੂਜੇ ਪਿੰਡ 'ਚ ਵੇਚ ਦਿੰਦੇ ਹੈ। ਜਿਹੜੀ ਇਹਨਾਂ ਦੀ ਐਨੂਅਲ ਇਨਕਮ ਹੈ ਇਸ ਬੇਸਿਸ 'ਤੇ ਅਰਾਊਂਡ ਇਹ ਕਹਿੰਦੇ ਨੇ 2.5 ਤੋਂ 3 ਲੱਖ ਰੁਪਈਆ ਹੋ ਜਾਂਦਾ ਸੀ। ਇਸ ਤੋਂ ਇਲਾਵਾ ਜਿਹੜਾ ਦੀਪਾ ਹੈ ਉਹਦੀ ਕੋਈ 5 ਕਿੱਲੇ ਜ਼ਮੀਨ ਵੀ ਹੈ ਆਪਦੀ, ਜਿਹੜੀ ਉਹ ਵੰਧ। ਸੋ ਬੇਸਿਕਲੀ ਐਗਰੀਕਲਚਰ ਅਤੇ ਡੰਗਰਾਂ ਦਾ ਕੰਮ ਇਹਨਾਂ। ਇਹ ਇੱਕ ਪੁਰਾਣਾ ਸੀਗਾ ਕੋਈ ਬੰਦਾ ਜਿਹੜਾ ਪਹਿਲਾਂ ਇਹ ਕੰਮ ਕਰਦਾ ਰਿਹਾ, ਅੱਜ ਕੱਲ੍ਹ ਉਹ ਜੇਲ੍ਹ 'ਚ। ਸੋ ਉਹਦੇ ਕਹਿਣ 'ਤੇ ਇਹਨਾਂ ਨੇ ਪਾਕਿਸਤਾਨ ਕੰਟੈਕਟ ਕੀਤਾ ਸੀ। ਸੋ ਉਸ ਬੰਦੇ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਰਹੇ ਹਾਂ।